ਸਾਡੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਕਈ ਅਜਿਹੇ ਆਰਟਿਸਟ ਨੇ ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਜ਼ ਅ ਲਿਰਿਸਿਸਟ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਲੱਕ ਟਰਾਈ ਕੀਤਾ ਡਿਫਰੈਂਟ ਫੀਲਡਸ ਦੇ ਵਿੱਚ ਤੇ ਉਸ ਫੀਲਡ ਦੇ ਵਿੱਚ ਵੀ ਉਹਨਾਂ ਨੇ ਐਕਸੈਲ ਕੀਤਾ। ਅੱਜ ਮੈਂ ਅਜਿਹੇ ਆਰਟਿਸਟ ਦੀ ਗੱਲ ਕਰਨ ਜਾ ਰਹੀ ਹਾਂ ਜਿਨ੍ਹਾਂ ਨੇ ਐਜ਼ ਅ ਲਿਰਿਸਿਸਟ ਤਾਂ ਆਪਣੇ ਫੈਨਸ ਨੂੰ ਇੰਥਰਾਲ ਕੀਤਾ ਹੀ ਤੇ ਨਾਲ ਹੀ ਉਹਨਾਂ ਨੇ ਐਜ਼ ਅ ਸਿੰਗਰ ਵੀ ਹਰ ਕਿਸੇ ਨੂੰ ਐਂਟਰਟੇਨ ਕੀਤਾ ਤੇ ਉਹ ਆਰਟਿਸਟ ਹੋਰ ਕੋਈ ਨਹੀਂ, ਉਹ ਹੈ ਸਿੰਗਾ। ਇਸ ਗੱਲ ਦੇ ਵਿੱਚ ਤਾਂ ਕੋਈ ਵੀ ਸ਼ੱਕ ਨਹੀਂ ਹੈ ਕਿ ਸਿੰਗਾ ਨੇ ਐਜ਼ ਅ ਲਿਰਿਸਿਸਟ ਹਰ ਕਿਸੇ ਨੂੰ ਐਂਟਰਟੇਨ ਕੀਤਾ ਹੈ ਆਪਣੇ ਸੁਪਰਹਿੱਟ ਸੌਂਗਸ ਲਾਈਕ ਬਦਨਾਮ, ਬ੍ਰਦਰਹੁੱਡ, ਜੱਟ ਦੀ ਕਲਿੱਪ ਜਿਹੇ ਹੋਰ ਵੀ ਕਈ ਸੌਂਗਸ ਦੇ ਨਾਲ। ਤੇ ਜਿੱਥੇ ਸਿੰਗਾ ਦੀ ਰਾਈਟਿੰਗ ਸਕਿੱਲਸ ਨੂੰ ਅਸੀਂ ਇੰਜੋਏ ਕੀਤਾ, ਉੱਥੇ ਹੀ ਅਸੀਂ ਸਿੰਗਾ ਦੀ ਸਿੰਗਿੰਗ ਨੂੰ ਵੀ ਇੰਜੋਏ ਕੀਤਾ। ਉਹਨਾਂ ਦੇ ਸੁਪਰਹਿੱਟ ਸੌਂਗਸ ਲਾਈਕ ਜੱਟ ਦੀ ਕਲਿੱਪ 2, ਹੌਬੀਜ਼ ਜਿਹੇ ਹੋਰ ਵੀ ਕਈ ਸੌਂਗ ਦੇ ਵਿੱਚ। ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇੱਕ ਵਾਰ ਫਿਰ ਅਸੀਂ ਸਿੰਗਾ ਦੇ ਲਿਖੇ ਹੋਏ ਬੋਲ ਇੰਜੋਏ ਕਰਾਂਗੇ ਉਹਨਾਂ ਦੇ ਅਪਕਮਿੰਗ ਸੌਂਗ ਦੇ ਵਿੱਚ ਜਿਸ ਦਾ ਟਾਈਟਲ ਹੈ ਖੌਫ। ਖੌਫ ਨੂੰ ਗਾਇਆ ਹੈ ਹਰਵੀਰ ਗਿੱਲ ਨੇ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵੈਲਪੁਣਾ ਤੇ 4 ਦਿਨ ਜਿਹੇ ਹੋਰ ਵੀ ਕਈ ਸੌਂਗਸ ਦੇ ਨਾਲ ਆਪਣੇ ਫੈਨਸ ਨੂੰ ਐਂਟਰਟੇਨ ਕੀਤਾ ਹੈ। ਤੁਹਾਨੂੰ ਦੱਸ ਦਵਾਂ, ਇਸ ਸੌਂਗ ਖੌਫ ਦੇ ਵਿੱਚ ਹਰਵੀਰ ਗਿੱਲ ਦੇ ਨਾਲ ਸਿੰਗਾ ਵੀ ਫੀਚਰ ਕਰਦੇ ਹੋਏ ਸਾਨੂੰ ਨਜ਼ਰ ਆਉਣਗੇ। ਗੱਲ ਕਰੀਏ ਇਸ ਸੌਂਗ ਦੇ ਬਾਕੀ ਡਿਟੇਲਸ ਦੀ, ਤਾਂ ਇਸ ਸੌਂਗ ਦਾ ਮਿਊਜ਼ਿਕ ਦੇਸੀ ਕ੍ਰਿਊ ਵੱਲੋਂ ਕੰਪੋਜ਼ ਕੀਤਾ ਗਿਆ ਹੈ ਤੇ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਬੀ ਟੁਗੈਦਰ ਪ੍ਰੋਜ਼ ਨੇ। ਸਿੰਗਾ ਦੇ ਸੌਂਗ ਖੌਫ ਦੀ ਰਿਲੀਜ਼ਿੰਗ ਡੇਟ ਤਾਂ ਹੁਣ ਤੱਕ ਰਿਵੀਲ ਨਹੀਂ ਕੀਤੀ ਗਈ, ਪਰ ਇਹ ਸੌਂਗ ਜਲਦ ਹੀ ਅਸੀਂ ਨੂਪਲ ਸਟੂਡੀਓਜ਼ ਦੇ ਲੇਬਲ ਅੰਡਰ ਇੰਜੋਏ ਕਰਾਂਗੇ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਸਿੰਗਾ ਦੇ ਹੋਰ ਪ੍ਰੋਜੈਕਟ ਦੀ, ਤਾਂ ਜਲਦ ਹੀ ਸਿੰਗਾ ਆਪਣੇ ਅਪਕਮਿੰਗ ਸੌਂਗ ਯਾਰ ਜੱਟ ਦੇ ਨਾਲ ਵੀ ਆਪਣੇ ਫੈਨਸ ਨੂੰ ਐਂਟਰਟੇਨ ਕਰਨਗੇ, ਜਿਸ ਦਾ ਮਿਊਜ਼ਿਕ ਦੇਸੀ ਕ੍ਰਿਊ ਵੱਲੋਂ ਕੰਪੋਜ਼ ਕੀਤਾ ਗਿਆ ਹੈ ਤੇ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਸੁਖ ਸੰਗੇੜਾ ਨੇ। ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਵਾਂ ਕਿ ਦੇਸੀ ਕ੍ਰਿਊ ਦੀ ਐਲਬਮ ਦੇਸੀ ਕ੍ਰਿਊ ਵੋਲਿਊਮ 1 ਦੇ ਵਿੱਚ ਵੀ ਅਸੀਂ ਸਿੰਗਾ ਦੀ ਆਵਾਜ਼ ਤੇ ਲਿਰਿਕਸ ਨੂੰ ਇੰਜੋਏ ਕਰਾਂਗੇ। ਇਹ ਤਾਂ ਸੀ ਸਿੰਗਾ ਦੀ ਸਿੰਗਿੰਗ ਕਰੀਅਰ ਦੀ ਗੱਲ। ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਲਦ ਹੀ ਸਿੰਗਾ ਐਜ਼ ਐਨ ਐਕਟਰ ਵੀ ਡੈਬਿਊ ਕਰਨ ਜਾ ਰਹੇ ਨੇ ਆਪਣੀ ਅਪਕਮਿੰਗ ਪੰਜਾਬੀ ਮੂਵੀ ਜ਼ੋਰਾ ਦ ਸੈਕਿੰਡ ਚੈਪਟਰ ਦੇ ਨਾਲ, ਜੋ ਕਿ ਸਾਲ 2020 ਦੇ ਵਿੱਚ ਰਿਲੀਜ਼ ਕੀਤੀ ਜਾਊਗੀ। ਸਾਨੂੰ ਤਾਂ ਪੂਰੀ ਉਮੀਦ ਹੈ ਕਿ ਜਿਵੇਂ ਹੁਣ ਤੱਕ ਸਿੰਗਾ ਨੇ ਆਪਣੇ ਲਿਰਿਕਸ ਤੇ ਸੌਂਗਸ ਦੇ ਨਾਲ ਆਪਣੇ ਫੈਨਸ ਨੂੰ ਐਂਟਰਟੇਨ ਕੀਤਾ ਹੈ, ਜਲਦ ਹੀ ਉਹ ਆਪਣੀ ਐਕਟਿੰਗ ਦੇ ਨਾਲ ਵੀ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਦੇਣਗੇ। ਹੁਣ ਤੁਸੀਂ ਕਿੰਨੇ ਐਕਸਾਈਟਡ ਹੋ ਸਿੰਗਾ ਦੇ ਅਪਕਮਿੰਗ ਪ੍ਰੋਜੈਕਟਸ ਦੇ ਲਈ, ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਨਾਲ ਹੀ ਸਾਨੂੰ ਇਹ ਵੀ ਦੱਸੋ ਕਿ ਤੁਹਾਨੂੰ ਸਿੰਗਾ ਦੇ ਅਪਕਮਿੰਗ ਸੌਂਗ ਖੌਫ ਦਾ ਪੋਸਟਰ ਕਿਵੇਂ ਦਾ ਲੱਗਿਆ। ਬਾਲੀਵੁੱਡ ਤੇ ਬਾਲੀਵੁੱਡ ਦੀ ਇੰਟਰਸਟਿੰਗ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com ਐਂਡ ਪ੍ਰੈਸ ਦ ਬੈਲ ਆਈਕਨ ਫਾਰ ਨੋਟੀਫਿਕੇਸ਼ਨ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ, ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਬਰੂ ਲਾਈਵ ਟੀਵੀ ਦੇਖਣ ਵਾਸਤੇ, ਇਹ ਹੈ ਗੱਬਰੂ ਦੀ ਮੋਬਾਈਲ ਐਪ, ਹੁਣੇ ਇੰਸਟਾਲ ਕਰੋ ਗੱਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।